ਫਾਜ਼ਿਲਕਾ ਦੀ ਐਡੀਸ਼ਨਲ ਨਵੀਂ ਅਨਾਜ ਮੰਡੀ ਦੇ ਵਿੱਚ ਹੋਈ ਚੋਰੀ ਦੀ ਵਾਰਦਾਤ। ਦੁਕਾਨ ਨੰਬਰ 40 ਤੋਂ ਜਨਰੇਟਰ ਦੀਆਂ ਤਾਰਾਂ ਪੁੱਟ ਕੇ ਲੈ ਗਏ ਚੋਰ। ਫਾਜ਼ਿਲਕਾ ਦੀ ਨਵੀਂ ਅਨਾਜ ਮੰਡੀ ਦੀ ਐਡੀਸ਼ਨਲ ਅਨਾਜ ਮੰਡੀ ਦੇ ਵਿੱਚ ਬਣੀ ਦੁਕਾਨ ਨੰਬਰ 40 ਤੇ ਚੋਰਾਂ ਵੱਲੋਂ ਤਵਾ ਬੋਲਿਆ ਗਿਆ ਅਤੇ ਇੱਥੇ ਜਨਰੇਟਰ ਦੀਆਂ ਤਾਰਾਂ ਚੋਰੀ ਕਰ ਲਈਆਂ ਗਈਆਂ ਜਿਸ ਦੀ ਕੀਮਤ 15 ਤੋਂ 20 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ। ਦੁਕਾਨ ਮਾਲਕ ਕ੍ਰਿਸ਼ਨ ਸੇਠੀ ਨੇ ਦੱਸਿਆ ਕਿ ਪਹਿਲਾਂ ਵੀ ਉਹਨਾਂ ਦੀ ਦੁਕਾਨ ਤੋਂ 20 ਬੋਰੀਆਂ ਝੋਨਾ ਚੋਰੀ ਹੋ ਗਿਆ ਸੀ। ਹੁਣ ਅੱਜ ਫਿਰ ਚੋਰੀ ਦੀ ਵਾਰਦਾਤ ਹੋਈ ਹੈ। ਉਹਨਾਂ ਨੇ ਕਿਹਾ ਕਿ ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਲੇਕਿਨ ਪੁਲਿਸ ਵੱਲੋਂ ਹਾਲੇ ਤੱਕ ਮੌਕਾ ਨਹੀਂ ਦੇਖਿਆ ਗਿਆ ਹੈ। ਉਹਨਾਂ ਨੇ ਚੋਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਕ੍ਰਿਸ਼ਨ ਕੁਮਾਰ ਜੀ, ਹਾਂਜੀ, ਇਹ ਕੀ ਚੋਰੀ ਦਾ ਕੀ ਮਸਲਾ ਹੈ ਜੀ? ਸਾਡੇ ਅੱਗੇ ਅੱਜ ਤੋਂ 20-25 ਦਿਨ ਪਹਿਲਾਂ ਸਾਡੇ 20 ਬੋਰੀਆਂ ਝੋਨਾ ਚੱਕ ਕੇ ਲੈ ਗਏ ਸੀਗੇ ਤਾਂ ਹੁਣ ਅਸੀਂ ਆਏ ਅਤੇ ਫਿਰ ਉਹ ਵੇਖਿਆ ਤਾਂ ਅੰਦਰੋਂ ਤਾਲਾ ਤੋੜ ਕੇ ਲੱਕੜਾ ਬੂਹਾ ਤੋੜ ਕੇ ਅੰਦਰ ਅਤੇ ਵੜ ਕੇ ਉਹਨਾਂ ਨੇ ਜਨਰੇਟਰ ਦੇ ਤਾਰਾਂ ਜੋ ਘੱਟ ਤੋਂ 15-20 ਹਜ਼ਾਰ ਰੁਪਏ ਦੀ ਹੈਗੀਆਂ ਨੇ ਤਾਂ ਸਾਰਾ ਉਹਨਾਂ ਪੂਰੀਆਂ ਚਾਬੀਆਂ ਲੈ ਕੇ ਆਏ ਨੇ ਸਾਰਾ ਮਤਲਬ ਖੋਲ੍ਹ ਕੇ ਲੈ ਗਏ ਉਹਨਾਂ ਨੂੰ ਅਤੇ ਅਸੀਂ ਪੁਲਿਸ ਨੂੰ ਇਤਲਾਹ ਕਰਤੀ ਸੀ, ਪੁਲਿਸ ਹਜੇ ਤੱਕ ਪਹੁੰਚੀ ਨਹੀਂ ਹੈਗੀ। ਜਨਰੇਟਰ ਤੋਂ ਇਲਾਵਾ ਹੋਰ ਵੀ ਕੋਈ ਨੁਕਸਾਨ ਹੋਇਆ? ਉਹ ਹਾਲੇ ਉਹ ਅਸੀਂ ਸੰਭਾਲਿਆ ਵੀ ਲੱਗਦਾ ਵੀ ਕਣਕ ਕੱਢ ਕੇ ਲੈ ਗਏ ਨੇ। ਅਤੇ ਜਿਹੜੀ ਬੈਕ ਸਾਈਡ ਹੈਗੀ ਉਹ ਬੈਕ ਸਾਈਡ ਸਾਡੇ ਗਲੀ ਹੈਗੀ ਹੈ, ਉੱਥੇ ਚੌਕੀਦਾਰ ਹੁੰਦਾ ਨੀਗਾ, ਚੌਕੀਦਾਰ ਹਮੇਸ਼ਾ ਅੱਗੇ ਰਹਿੰਦਾ ਸਾਡੇ ਗਏ ਅਤੇ ਉਹ ਪਿੱਛੋਂ ਗੇੜਾ ਮਾਰ ਵੀ ਆਵੇ ਤਾਂ ਚੌਕੀਦਾਰ ਕਦੋਂ ਨਿਕਲਦਾ ਉਹਦਾ ਪਤਾ ਨਹੀਂ ਲੱਗਦਾ, ਪਿੱਛੇ ਤਾਰਾ ਹਨੇਰਾ ਰਹਿੰਦਾ ਹੈਗਾ। ਅਸੀਂ ਅੱਗੇ ਪ੍ਰਧਾਨ ਨੂੰ ਮੈਂ ਪਰਸੋਂ ਕੱਲ੍ਹ ਕਹਿ ਕੇ ਆਇਆ ਸੀ ਵੀ ਸਾਰੇ ਮੰਡੀ 'ਚ ਕੈਮਰੇ ਲਵਾਓ, ਜੇ ਆੜਤੀਆਂ ਗਈ ਕੈਮਰੇ ਬੰਦ ਹੁੰਦੇ ਨੇ ਅਤੇ ਹਰ ਚੌਂਕ 'ਤੇ ਮਤਲਬ ਕਿ ਕੈਮਰੇ ਲੱਗੇ ਜਾਣ ਅਤੇ ਪਤਾ ਲੱਗ ਵੀ ਰਾਤੀ। ਇੱਕ ਦੂਜਾ ਹੈਗਾ ਵੀ ਚੌਕੀਦਾਰ ਜਿਹੜੇ ਰਾਤੀ ਮੰਡੀ ਹੁੰਦੇ ਆ, ਰਾਤੀ ਕੋਈ ਬੰਦਾ ਵੀ ਆਦੀ 1 ਵਜੇ ਆਵੇ 2 ਵਜੇ ਆਵੇ, ਚੌਕੀਦਾਰ ਕਦੇ ਨਹੀਂ ਪੁੱਛਦਾ ਵੀ ਤੂੰ ਮੰਡੀ ਕਰਦਾ ਇਸ ਟਾਈਮ ਕੀ ਵੀ ਹੈਗਾ। ਕਿੰਨੀਆਂ ਦੁਕਾਨਾਂ ਨੇ, ਕਿੰਨੇ ਚੌਕੀਦਾਰ ਨੇ ਜਿਹੜੇ ਰਾਤ ਨੂੰ? ਟੋਟਲ ਮੰਡੀ ਵਿੱਚ ਮੇਰੇ ਸਮਥਿੰਗ 350 ਦੁਕਾਨਾਂ ਲਾਇਸੈਂਸ ਹੈਗੇ ਸਾਡੇ, ਜਿਨ੍ਹਾਂ ਵਿੱਚ ਸਾਰੇ 7 ਕੇ 8 ਚੌਕੀਦਾਰ ਰੱਖੇ ਹੈ, ਜਿਨ੍ਹਾਂ ਵਿੱਚ ਕੋਈ ਚੌਕੀਦਾਰ ਕੋਈ ਸੰਭਾਲ ਹੀ ਨਹੀਂ ਸਿਸਟਮ ਹੈਗਾ ਵੀ ਚੌਕੀਦਾਰ ਕਰਦੇ ਕਿ ਰਾਤ ਨੂੰ ਹੈ। ਕੋਈ ਰਾਤੀ ਬੰਦਾ ਤੂੰ ਰਾਤੀ 1 ਵਜੇ 2 ਵਜੇ ਆਓ, ਕੋਈ ਸਿਸਟਮ ਹੈਗਾ ਉਹਦੇ 'ਚ? ਕੋਈ ਚੌਕੀਦਾਰ ਕਿਸੇ ਨੂੰ ਪੁੱਛਦਾ ਹੀ ਨਹੀਂ ਵੀ ਤੂੰ ਰਾਤੀ 2 ਵਜੇ ਜਾਂ 1 ਵਜੇ ਮੰਡੀ ਆ ਕੇ ਕੀ ਕਰਦੇ ਪੈ ਗਏ ਜੇ? ਤਾਂ ਚੌਕੇ ਉਵੇਂ ਰੂਟੀਨ ਹੀ ਨਿਕਲ ਜਾਂਦੇ ਨੇ ਕਿਉਂ ਚਾਰੋਂ ਮੰਡੀਆਂ ਦੇ ਗੇਟ ਸਾਰੇ ਪਾਸੇ ਖੁੱਲ੍ਹੇ ਹੋਏ ਨੇ, ਕੋਈ ਬੰਦ ਨਹੀਂ ਹੁੰਦਾ। ਰਾਤੀ ਜਦੋਂ ਮਰਜ਼ੀ ਮੰਡੀ ਆਓ, ਮੰਡੀ ਜਾਓ, ਮਰੋੜ ਰੋਡ ਆ ਰਾਹ ਸਮਕਲੇ ਸਾਰੇ ਗੇਟ ਖੁੱਲ੍ਹੇ ਹੁੰਦੇ ਆ।